ਹਾਂਜੀ ਤੁਸੀਂ ਵੀ ਦਰਸ਼ਨ ਕਰ ਲਓ ਗੁਰਦੁਆਰੇ। ਡੇਲੀ ਰੂਟੀਨ ਜਿਹੜੀ ਮੇਰੀ, ਗੁਰਦੁਆਰੇ ਜਾਂਦੀ ਹਾਂ, ਪ੍ਰਸ਼ਾਦ ਖਾਂਦੇ ਹਾਂ, ਉਸ ਤੋਂ ਬਾਅਦ ਪਾਠ ਕਰਦੇ ਹਾਂ। ਅਤੇ ਮੈਂ ਪਾਠ ਕਰਨ ਦੇ ਹੀ ਸੀ, ਉਸ ਤੋਂ ਬਾਅਦ ਆਪਾਂ ਸਟਾਰਟ ਕਰੀਏ ਅੱਜ ਦਾ ਵਲੋਗ ਜੀ। ਆਪਾਂ ਬਣਾਵਾਂਗੇ ਮੈਗੀ, ਮੈਗੀ ਦੇ 3 ਪੈਕਟ। ਅਤੇ ਮੈਗੀ ਖਾਂਦੇ ਨੇ ਨਿਆਣੇ, ਪਤਾ ਕਿਵੇਂ ਕਰਕੇ ਇਹਨਾਂ ਨੂੰ ਐਂ ਕੁੱਟ ਕੁੱਟ ਕੇ ਮੈਗੀ ਨੂੰ ਚੌਲ ਬਣਾ ਦਿੰਦੇ ਆ। ਅਤੇ ਹੁਣ ਇਹ ਮੈਨੂੰ ਕੁੱਟ ਕੁੱਟ ਕੇ ਬਰੀਕ ਕਰਦੇ ਆ ਮੁੰਡੇ ਨੇ, ਅਤੇ ਇਹ ਹੁਣ ਮੈਗੀ ਉਹਨਾਂ ਨੇ ਖਾਣੀ ਆ, ਉਹ ਵੀ ਬਿਨਾਂ ਤੜਕੇ ਤੋਂ। ਅਤੇ ਮੈਂ ਕਿਹਾ ਆਪਾਂ ਤੜਕੇ ਵਾਲੀ ਬਣਾਵਾਂਗੇ ਅਤੇ ਰਹਿਣ ਦੇ, ਨਹੀਂ ਆਉਂਦਾ ਉਵੇਂ ਹੀ ਖਾਣੀ ਆ ਬਿਨਾਂ ਤੜਕੇ ਤੋਂ, ਅਤੇ ਚੌਲ ਬਣਾ ਕੇ। ਪਤਾ ਨਹੀਂ ਕੀ ਸਵਾਦ ਆਉਂਦਾ ਇਹਨਾਂ ਨੂੰ ਮੈਗੀ ਦਾ, ਮੈਗੀ ਦਾ ਮਜ਼ਾ ਹੀ ਮਾਰ ਕੇ ਰੱਖ ਦਿੰਦੇ ਆ ਜੇ ਬੰਦੇ ਨੇ ਖਾਣੀ ਹੋਵੇ। ਫਿਰ ਕਹਿੰਦੇ ਤੁਸੀਂ ਮੰਮਾ ਦੂਜੀ ਬਣਾ ਲਓ, ਮੈਂ ਕਿਹਾ ਦਫਾ ਕਰੋ ਛੱਡੋ ਪਰਾਂ, ਇੰਨੀ ਮਿਹਨਤ ਕੌਣ ਕਰੇ, ਕਿਉਂਕਿ ਉੱਦਾਂ ਹੀ ਅਸੀਂ ਕੰਮ ਕਰਕੇ ਥੱਕ ਜਾਂਦੇ ਹਾਂ ਅਤੇ ਕੀ ਕਰੇ ਬੰਦਾ। ਇਸ ਕਰਕੇ ਮੈਂ ਇਹਨਾਂ ਨੂੰ ਹੁਣ ਮੈਗੀ ਬਣਾ ਕੇ ਦੇਣ ਲੱਗੀ ਹਾਂ। ਆਪਾਂ ਤਾਂ ਚਲੋ ਰੋਟੀ ਖਾਂਦੇ, ਬੱਚੇ ਰੋਟੀ ਨਹੀਂ ਖਾਂਦੇ ਦੁਪਹਿਰੇ, ਅਤੇ ਹੁਣ ਆਪਾਂ ਚਾਹ ਦਾ ਵੀ ਟਾਈਮ ਹੋ ਗਿਆ, ਆਪਾਂ ਚਾਹ ਬਣਾਵਾਂਗੇ, ਚਾਹ ਨਾ ਕੁਛ ਖਾ ਲਾਂਗੇ। ਅਤੇ ਬਾਕੀ ਹੁਣ ਮੈਂ ਲੱਗੀ ਹਾਂ ਇਹਨਾਂ ਨੂੰ ਚੌਲ ਬਣਾਉਣ। ਚਲੋ ਚੌਲ ਬਣਾ ਕੇ ਦੇਣ, ਮਤਲਬ ਕਿ ਮੈਗੀ ਚੂਰਾ ਪੂਰਾ ਕਰਤਾ ਇਹਨਾਂ ਨੇ, ਲੰਬੇ ਲੰਬੇ ਮੈਗੀ ਨਹੀਂ ਹੈ। ਅਤੇ ਬਾਕੀ ਸੀ ਅੱਜ ਸੰਗਰਾਂਦ ਦਾ ਦਿਹਾੜਾ, ਅਤੇ ਪ੍ਰਸ਼ਾਦ ਪਿਆ ਹਾਲੇ ਤੱਕ, ਅਤੇ ਮਤਲਬ ਕਿ ਮਾਲਪੂੜੇ ਵੀ ਸੀ, ਅਤੇ ਉਹ ਵੀ ਚਲੋ ਖਾਧੇ ਆ, ਖਾ ਲਏ ਆ। ਅਤੇ ਬਾਕੀ ਪ੍ਰਸ਼ਾਦ ਪਿਆ ਇਹ ਵੀ ਆਪਾਂ ਬਾਅਦ 'ਚ ਖਾਂਦੇ ਹਾਂ। ਅਤੇ ਚਲੋ ਮੈਂ ਇੱਧਰ ਪਾਣੀ ਰੱਖਤਾ ਮੈਗੀ ਦਾ, ਅਤੇ ਹੁਣ ਬੱਚਿਆਂ ਨੂੰ ਬਣਾ ਕੇ ਦੇ ਦਾ ਮੈਗੀ। ਅਤੇ ਕੰਮ ਕਾਫੀ ਜ਼ਿਆਦਾ ਹੁੰਦੇ ਦੁਪਹਿਰ ਦੇ ਵੀ, ਅਤੇ ਚਲੋ ਜੀ ਬਣੇ ਰਹੋ ਮੇਰੇ ਵਲੋਗ ਨਾਲ, ਮੈਂ ਬਾਕੀ ਕੰਮ ਧੰਦੇ ਕਰੀਏ, ਆਪਾਂ ਤੁਹਾਨੂੰ ਮਿਲਦੇ ਹਾਂ। ਹਾਂਜੀ ਆਪਾਂ ਕਰਦੇ ਹਾਂ ਮੰਮੀਆਂ ਦੀ ਐਕਟਿੰਗ, ਚੁੰਨੀ ਲੈ ਕੇ ਸਿਰ 'ਤੇ, ਅਤੇ ਕਿਉਂਕਿ ਮੈਂ ਇਕੱਲੀ ਜਾਣੀ ਹੈ ਇਸ ਕਰਕੇ ਮੈਂ ਖੋ ਦੀ ਐਕਟਿੰਗ ਕਰਨੀ ਪੈਣੀ ਹੈ ਮੰਮੀਆਂ ਦੀ, ਅਤੇ ਐਂਡ ਨੂੰਹ ਦੀ ਐਂਡ ਸੱਸ ਦੀ। ਅਤੇ ਬਾਕੀ ਚੁੰਨੀ ਲੈਣੀ ਵਧੀਆ ਤਾਂ ਨਹੀਂ ਲੱਗਦੀ ਮੈਨੂੰ ਸਿਰ 'ਤੇ, ਬਾਕੀ ਵਧੀਆ ਲੱਗਦੀ ਹੈ ਇਸ ਟਾਈਮ। ਸੋ ਆਪਾਂ ਮੈਗੀ ਨੂੰ ਰੱਖਤਾ ਹੈ ਗੈਸ 'ਤੇ, ਬਣਦੀ ਰਹੂਗੀ। ਵੈਸੇ ਕਹਿੰਦੇ ਨਾ 5 ਮਿੰਟ ਮੈਂ ਤਿਆਰ ਮੈਗੀ 5 ਮਿੰਟ ਨਹੀਂ, 10 ਮਿੰਟ ਵੀ ਨਹੀਂ ਲੱਗਦੇ, ਬਹੁਤ ਟਾਈਮ ਲੱਗਦਾ ਮੈਗੀ ਨੂੰ। ਅਤੇ ਆਹ ਦੇਖੋ ਮੈਗੀ ਵਿਚਾਰੀ ਨੂੰ ਕੁੱਟ ਕੁੱਟ ਕੇ ਚੌਲ ਹੀ ਬਣਾ ਛੱਡੇ ਆ ਮੁੰਡੇ ਨੇ, ਕੋਈ ਮਤਲਬ ਕਿ ਲੰਬੀ ਜਿਹੀ ਮੈਗੀ ਨਹੀਂ ਆ, ਅਤੇ ਐਵੇਂ ਖਾਂਦੇ ਆ ਦੱਸੋ, ਕੋਈ ਮਜ਼ਾ ਸਵਾਦ ਨਹੀਂ। ਆਲੂ ਵਾਲੇ ਪਰੌਂਠੇ ਖਾਣੇ ਅਤੇ ਉਹਦੇ ਵਿੱਚ ਪਿਆਜ਼ ਨਹੀਂ ਹੋਣਾ ਚਾਹੀਦਾ, ਭਿੰਡੀ ਖਾਣੀ ਹੈ ਅਤੇ ਉਹਦੇ ਵਿੱਚ ਪਿਆਜ਼ ਨਹੀਂ ਹੋਣੇ ਚਾਹੀਦੇ, ਮਤਲਬ ਕਿ ਨਾ ਅਦਰਕ ਨਾ ਪਿਆਜ਼ ਨਾ ਲਸਣ ਕੁਛ ਨਹੀਂ ਹੋਣਾ ਚਾਹੀਦਾ ਇਹਨਾਂ ਦੀਆਂ ਸਬਜ਼ੀਆਂ 'ਚ। ਇਹਨਾਂ ਦਾ ਵਾਸ ਚੱਲੇ ਤਾਂ ਸਬਜ਼ੀਆਂ ਨੂੰ ਪੌਣੀ 'ਚ ਪੁਣ ਲਿਆ ਜਾਂਦਾ, ਮਤਲਬ ਪੁਣਿਆ ਜਾਂਦਾ ਅਤੇ ਪੁਣ ਸਕਦੇ, ਸਮਝ ਲੱਗੀ, ਮਤਲਬ ਕਿ ਪਿਆਜ਼ ਲਸਣ ਅਦਰਕ ਸਭ ਕੁਛ ਵੱਖਰਾ, ਮਤਲਬ ਇਕੱਲੀ ਦਾਲ ਹੀ ਆ ਜੇ ਜਾਂ ਬਸ, ਇਹਨਾਂ ਦਾ ਇਹ ਹਾਲ। ਪਤਾ ਨਹੀਂ ਇਹ ਵੱਡੇ ਹੋ ਕੇ ਕਦੋਂ ਪਿਆਜ਼ ਖਾਣਗੇ, ਕਦੋਂ ਖਾਣਗੇ ਪਿਆਜ਼ ਸਾਰਾ ਕੁਛ। ਵੈਸੇ ਮੈਂ ਅਦਰਕ ਨਹੀਂ ਖਾਂਦੀ, ਮੈਨੂੰ ਅਦਰਕ ਨਹੀਂ ਪਸੰਦ, ਪਰ ਮੇਰੇ ਬੱਚੇ ਗਾ ਅਦਰਕ ਲਸਣ ਪਿਆਜ਼ ਕੁਛ ਵੀ ਨਹੀਂ ਖਾਂਦੇ। ਵੈਸੇ ਮੈਂ ਸੋਚਦੀ ਹਾਂ ਕਿ ਮੈਂ ਹੁਣ ਵਲੋਗ ਨਾ ਬਣਾਇਆ ਕਰਾਂ, ਕਿਉਂਕਿ ਮੇਰੇ ਚੜ੍ਹਦੇ ਚੁੜਦੇ ਤਾਂ ਹੈ ਨਹੀਂ, ਮੇਰੀ ਇਹ ਵੀਡੀਓ ਜ਼ਿਆਦਾ ਲੋਕ ਵੇਖਦੇ ਤਾਂ ਹੈ ਨਹੀਂ ਆ, ਅਤੇ ਮੈਂ ਬਹੁਤ ਜ਼ਿਆਦਾ ਦੁਖੀ ਹੋ ਗਈ ਹਾਂ। ਅਤੇ ਮੈਂ ਸੋਚਦੀ ਹਾਂ ਇਹ ਕੰਮ ਛੱਡ ਹੀ ਦੇਵਾਂ, ਅਤੇ ਐਵੇਂ ਘਰੋਂ ਝਟਕਾ ਖਾਂਦੀ ਰਹਿੰਦੀ, ਆਪਣਾ ਫੋਨ ਭਰਦੀ ਰਹਿੰਦੀ ਹਾਂ, ਅਤੇ ਕੋਈ ਫਾਇਦਾ ਨਹੀਂ ਆ, ਅਤੇ ਲੋਕ ਮੇਰੀ ਵੀਡੀਓ ਦੇਖਦੇ ਨਹੀਂ ਆ, ਅਤੇ ਵੋਚ ਟਾਈਮ ਨਹੀਂ ਮੇਰਾ ਵਧਾਉਂਦੇ, ਅਤੇ ਮੈਨੂੰ ਲੱਗਦਾ ਵੀ ਕਿਸੇ ਦਿਨ ਮੈਨੂੰ ਯੂਟਿਊਬ ਛੱਡਣੀ ਪੈਣੀ ਆ, ਕਿਉਂਕਿ ਤੁਸੀਂ ਕੋਈ ਮੈਨੂੰ ਸਪੋਰਟ ਨਹੀਂ ਕਰਦੇ, ਅਤੇ ਮੈਂ ਬਹੁਤ ਮਿਹਨਤ ਕਰਦੀ ਪਈ ਹਾਂ,
ਤਾਂ ਪਲੀਜ਼ ਤੁਸੀਂ ਥੋੜ੍ਹਾ ਟਾਈਮ ਮੇਰਾ ਵੀਡੀਓ ਦੇਖਿਆ ਕਰੋ, ਕੋਈ ਟਾਈਮ ਦੱਸ ਦਿਉ, ਨਹੀਂ ਤਾਂ ਮੈਂ ਸਾਰਾ ਕੰਮ ਬੰਦ ਕਰ ਦੇਣਾ ਇੱਥੇ ਹੀ, ਅਤੇ ਮੈਂ ਯੂਟਿਊਬ 'ਤੇ ਕੰਮ ਕਰਨਾ ਬੰਦ ਕਰ ਦੇਣਾ ਵਾ, ਕਿਉਂਕਿ ਮੈਨੂੰ ਕੋਈ ਫਾਇਦਾ ਨਹੀਂ, ਅਤੇ ਐਵੇਂ ਕੰਮ ਆਪਾਂ ਕੰਮ ਕਰੀ ਜਾਣਾ, ਕੋਈ ਲੋੜ ਨਹੀਂ ਕੰਮ ਕਰਨ ਦੀ, ਆਰਾਮ ਨਾਲ ਆਪਣੇ ਕੰਮ ਧੰਦੇ ਕਰੇ, ਅਤੇ ਬਾਕੀ ਚਲੋ ਵੇਖਦੇ ਹਾਂ ਕੀ ਕਰਦੀ ਹਾਂ ਮੈਂ, ਥੋੜ੍ਹਾ ਟਾਈਮ ਤੱਕ ਮੇਰਾ ਬਹੁਤ ਟਾਈਮ ਨਾ ਵਧਿਆ ਮੈਂ ਬੰਦ ਕਰ ਦੇਣੀ ਯੂਟਿਊਬ। ਬਾਕੀ ਆਪਣੇ ਕੱਪੜੇ ਮਤਲਬ ਕਿ ਧੋਤੇ ਹੋਏ ਆਪਾਂ ਰਾਤ ਦੇ ਪਾਏ ਆ ਸੁੱਕਣੇ, ਅਤੇ ਸੁੱਕੇ ਪਏ ਆ, ਬਸ ਹੁਣ ਇਹਨਾਂ ਨੂੰ ਵੀ ਜੋੜਨਾ ਤੈਅ ਲਾਉਣੀ ਆ, ਮਤਲਬ ਕਿ ਬਹੁਤ ਘਰ ਦੇ ਕੰਮ ਹੁੰਦੇ ਆ, ਦੁਪਹਿਰ ਦਾ ਟਾਈਮ ਆ, ਹੁਣ ਚਾਹ ਦਾ ਵੀ ਟਾਈਮ ਹੋ ਗਿਆ ਵਾ, ਅਤੇ ਉੱਧਰ ਮੈਂ ਗੈਸ 'ਤੇ ਮੈਗੀ ਰੱਖੀ ਆ, ਅਤੇ ਇੱਧਰ ਮੈਂ ਹੁਣ ਕੱਪੜਿਆਂ ਨੂੰ ਵੀ ਤੈਅ ਲਾਉਣਾ ਵਾ, ਅਤੇ ਕਾਫੀ ਜ਼ਿਆਦਾ ਕੰਮ, ਉਸ ਤੋਂ ਬਾਅਦ ਸ਼ਾਮ ਦਾ ਟਾਈਮ ਹੋ ਜਾਣਾ ਸਬਜ਼ੀ ਬਣਾਉਣ ਦਾ, ਆਟਾ ਗੁੰਨਣ ਦਾ, ਹੈ ਨਾ, ਦੁੱਧ ਦੁੱਧ ਆ ਜਿਹੜਾ ਬਾਲਾ ਦਵਾਉਣਾ, ਭਾਂਡੇ ਭੁੰਡੇ ਧੋਣੇ, ਕਾਫੀ ਜ਼ਿਆਦਾ ਕੰਮ ਹੁੰਦੇ ਆ, ਜੋ ਕਿ ਵੇਖਣ 'ਤੇ ਐਂ ਲੱਗਦਾ ਵੀ ਇਹਨਾਂ ਦਾ ਕੋਈ ਕੰਮ ਨਹੀਂ, ਇਹ ਵਿਹਲੀਆਂ ਰਹਿੰਦੀਆਂ ਨੇ, ਅਤੇ ਸ਼ਹਿਰਾਂ 'ਚ ਕੋਈ ਕੰਮ ਨਹੀਂ, ਪਰ ਬਹੁਤ ਜ਼ਿਆਦਾ ਕੰਮ ਬਹੁਤ ਜ਼ਿਆਦਾ ਪੈਂਦਾ ਇਕੱਲੇ ਬੰਦੇ ਨੂੰ, ਅਤੇ ਘਰ ਹੈਗਾ ਛੋਟਾ ਜਿਹਾ, ਅਤੇ ਕੰਮ ਕਾਫੀ ਪੈਂਦੇ ਆ ਅਤੇ ਕਰਨੇ ਪੈਂਦੇ ਆ, ਅਤੇ ਹੁਣ ਬਹੁਤ ਜ਼ਿਆਦਾ ਗਰਮੀ ਆ ਬਾਹਰ, ਅਤੇ ਅੰਦਰ ਏ ਸੀ ਲੱਗਾ ਵਾ, ਅੰਦਰ ਰਹੀਏ ਬਸ, ਮਤਲਬ ਕਿ ਬਾਹਰ ਨਹੀਂ ਆਇਆ ਜਾਂਦਾ, ਅਤੇ ਬਾਹਰ ਬਹੁਤ ਜ਼ਿਆਦਾ ਗਰਮੀ ਆ, ਪਰ ਤੁਹਾਨੂੰ ਪਤਾ ਕੰਮ ਵੀ ਕਰਨੇ ਪੈਂਦੇ ਆ। ਬਾਕੀ ਉਹ ਸਾਡਾ ਚਾਰ ਪਾਇਆ ਹੋਇਆ ਵਾ, ਅਤੇ ਚਾਰ ਸਾਡਾ ਬਣ ਚੱਲਿਆ ਬਸ, ਅਤੇ ਜੀ ਸਾਡੀ ਮੈਗੀ ਬਣ ਕੇ ਤਿਆਰ ਆ, ਚੌਲ ਬਣ ਗਏ, ਚੌਲ ਕੜੀ ਦੀ ਬਸ ਕਮੀ, ਕੜੀ ਚੌਲ ਹੋ ਗਏ, ਅਤੇ ਬਾਕੀ 15 ਮਿੰਟ ਲੱਗਦੇ ਆ ਮੈਗੀ ਬਣਾਉਣ ਨੂੰ, ਛੇਤੀ ਨਹੀਂ ਬਣਦੀ ਮੈਗੀ। ਹਾਂਜੀ ਆਪਾਂ ਬਣਾਉਂਦੇ ਹਾਂ ਆਲੂ ਬੈਂਗਣ, ਅਤੇ ਪਹਿਲਾਂ ਮੈਂ ਮਸਾਲਾ ਭੁੰਨਿਆ, ਪਿਆਜ਼ ਅਤੇ ਲਸਣ, ਅਤੇ ਉਸ ਤੋਂ ਬਾਅਦ ਵਿੱਚ ਆਲੂਆਂ ਨੂੰ ਭੁੰਨਿਆ, ਮਤਲਬ ਕਿ ਕਿਉਂਕਿ ਆਲੂ ਪਹਿਲਾਂ ਕਰ ਲਈਦੇ, ਕਿਉਂਕਿ ਆਲੂ ਵਿੱਚ ਕੱਚੇ ਨਾ ਰਹਿਣ, ਅਤੇ ਉਸ ਤੋਂ ਬਾਅਦ ਆਲੂਆਂ ਨੂੰ ਭੁੰਨ ਕੇ ਉਸ ਤੋਂ ਬਾਅਦ ਮੈਂ ਬੈਂਗਣ ਪਾਏ ਵਿੱਚ, ਅਤੇ ਬਾਕੀ ਖਲਾਰਾ ਕਾਫੀ ਪਿਆ ਵਾ, ਅਤੇ ਇੱਧਰ ਘਿਓ ਬਣਾਉਣ ਵਾਲਾ ਪਿਆ ਵਾ, ਅਤੇ ਦੁੱਧ ਨੂੰ ਉਬਾਲਾ ਦਵਾ ਲਿਆ, ਅਤੇ ਇੱਧਰ ਚਟਨੀ, ਪਿਆਜ਼, ਪੁਦੀਨਾ, ਟਮਾਟਰ, ਅੰਬੀ, ਹਰੀ ਮਿਰਚ, ਅਤੇ ਇਹ ਵੀ ਮੈਂ ਚਟਨੀ ਬਣਾਉਣੀ ਆ, ਅਤੇ ਬਾਕੀ ਇੱਧਰ ਭਾਂਡੇ ਭੁੰਡੇ ਖਿਲਰੇ ਪਏ ਆ, ਅਤੇ ਆਟਾ ਗੁੰਨਣ ਵਾਲਾ ਹੈ, ਅਤੇ ਕੰਮ ਕਾਫੀ ਪਏ ਆ ਸ਼ਾਮ ਦੇ, ਅਤੇ ਜੋ ਕਿ ਤੁਹਾਨੂੰ ਪਤਾ ਡੇਲੀ ਦੀ ਰੂਟੀਨ ਮੇਰੀ, ਜੋ ਵਲੌਗ ਬਣਾਉਂਦੀ ਹਾਂ ਤੁਹਾਡੇ ਅੱਗੇ ਸ਼ੇਅਰ ਕਰਦੀ ਹਾਂ ਵੀ ਕੀ ਕੰਮ ਹੁੰਦੇ ਆ ਘਰਾਂ ਦੇ, ਇੰਨੇ ਕੰਮ ਹਲੇ ਆਪਾਂ ਦਿਖਾਈ ਦੇਣੀ ਤੁਹਾਨੂੰ ਡੇਲੀ ਵਲੌਗ 'ਚ, ਜਿੰਨੇ ਘਰ ਦੇ ਕੰਮ ਹੁੰਦੇ ਆ, ਅਤੇ ਸਾਰੀ ਦਿਹਾੜੀ ਦੌੜ ਭੱਜ ਰਹਿੰਦੀ ਆ, ਅਤੇ ਗਰਮੀ ਵੀ ਬਹੁਤ ਜ਼ਿਆਦਾ ਆ, ਅਤੇ ਰਸੋਈ 'ਚ ਜਦੋਂ ਆਈਦਾ ਬਸ 1 ਘੰਟਾ ਦਾ ਲੱਗ ਜਾਂਦਾ, ਪਸੀਨੋ ਪਸੀਨੀ ਭਿੱਜ ਜਾਈਦਾ, ਮੰਨ ਲਓ ਕਿ ਇੰਨੀ ਗਰਮੀ ਆ, ਅਤੇ ਫਿਰ ਆਪਾਂ ਸਾਰਾ ਕੁਝ 1 ਘੰਟੇ 'ਚ ਕੰਮ ਕੰਪਲੀਟ ਕਰਕੇ ਰਸੋਈ ਦਾ ਫਿਰ ਆਪਾਂ ਚੱਲ ਜਾਂਦੇ ਹਾਂ, ਥੋੜ੍ਹਾ ਟਾਈਮ ਦੁਕਾਨ 'ਤੇ ਚੱਲ ਜਾਂਦੀ ਹਾਂ ਮੈਂ, ਥੋੜ੍ਹਾ ਟਾਈਮ ਦੁਕਾਨ 'ਤੇ ਬਹਿਦਾ ਵਾਂ, ਉਸ ਤੋਂ ਬਾਅਦ 9 ਵਜੇ ਅਸੀਂ ਰੋਟੀ ਲਾਈ ਦੀ ਆ, ਅਤੇ ਬਸ ਐਵੇਂ ਲੱਗੇ ਰਹੀਦਾ ਸਾਰੀ ਤੁਹਾਡੀ ਦੌੜ ਭੱਜ ਕੰਮ ਧੰਦਿਆਂ 'ਚ, ਅਤੇ ਬਾਕੀ ਇੱਧਰ ਮੈਂ ਹੁਣ ਢੱਕ ਦਿੰਦੀ ਹਾਂ, ਸਿਮ ਸੇਕ 'ਤੇ ਬਣਦੀ ਰਹੂਗੀ ਸਬਜ਼ੀ। ਹਾਂਜੀ ਉਸ ਤੋਂ ਬਾਅਦ ਆਪਾਂ ਖਾਧੇ ਜਾਮ ਨੂੰ, ਹਲੇ ਜਾਮ ਨੂੰ ਬਹੁਤ ਮਹਿੰਗੇ ਆ, ਤੁਸੀਂ ਦੱਸੋ ਕੀ ਰੇਟ ਆ ਤੁਹਾਡੇ ਸ਼ਹਿਰ, ਇੱਥੇ 100 ਰੁਪਏ ਦੇ ਅੱਧਾ ਕਿਲੋ ਆ,